ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪਿੰਡ ਬਹੋਨਾ ਚੈਨਲ 'ਤੇ ਆਪ ਜੀ ਦਾ ਸਵਾਗਤ ਕਰਦੀ ਹਾਂ ਅਤੇ ਅੱਜ ਆਪਾਂ ਬਣਾ ਰਹੇ ਹਾਂ ਗਜਰੇਲਾ। ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ। ਆਪਾਂ ਗਾਜਰਾਂ ਲੈ ਲਈਆਂ, 1 ਕਿਲੋ ਗਾਜਰਾਂ ਲਈਆਂ ਆਪਾਂ, ਅਤੇ ਇਸਨੂੰ ਆਪਾਂ ਛਿੱਲਾਂਗੇ। ਗਾਜਰਾਂ ਆਪਾਂ ਛਿੱਲ ਲਿਆ, ਇਸਨੂੰ ਧੋ ਕੇ ਆਪਾਂ ਕੱਦੂਕਸ਼ ਕਰਾਂਗੇ। ਇਸੇ ਤਰ੍ਹਾਂ ਆਪਾਂ ਸਾਰੀਆਂ ਕੱਦੂਕਸ਼ ਕਰ ਲਈਆਂ ਗਾਜਰਾਂ, ਅਤੇ ਇੱਧਰ ਆਪਾਂ ਕੜਾਹੀ ਰੱਖ ਲਈ ਆ, ਅਤੇ ਕੜਾਹੀ ਦੇ ਵਿੱਚ ਆਪਾਂ ਸਾਰੀਆਂ ਗਾਜਰਾਂ ਪਾ ਲਾਂਗੇ। ਆਪਾਂ 1 ਕੱਪ ਦੇ ਵਿੱਚ ਦੁੱਧ ਦਾ ਪਾਵਾਂਗੇ ਕਿ ਆਪਣੀਆਂ ਗਾਜਰਾਂ ਚੰਗੀ ਤਰ੍ਹਾਂ ਪੱਕ ਜਾਣ। ਆਪਾਂ ਹਿਲਾਉਂਦੇ ਹੋਏ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ। ਦੇਖੀਏ ਆਪਣੀਆਂ ਗਾਜਰਾਂ ਪੱਕਣੀਆਂ ਸ਼ੁਰੂ ਹੋ ਗਈਆਂ, ਅਤੇ ਆਪਾਂ ਇਸ ਨੂੰ ਹਿਲਾਈ ਜਾਣਾ ਗਾ। ਹਿਲਾ ਕੇ ਆਪਾਂ ਇਸ ਦਾ ਸਾਰਾ ਪਾਣੀ ਸੁਕਾ ਲੈਣਾ। ਦੇਖੋ ਤੁਸੀਂ ਇਹਦਾ ਸਾਰਾ ਪਾਣੀ ਸੁੱਕ ਚੁੱਕਿਆ ਹੈਗਾ। ਅਤੇ ਆਪਾਂ ਇਸ ਦੇ ਵਿੱਚ 1 ਕੌਲੀ ਖੰਡ ਦੀ ਪਾਵਾਂਗੇ, ਅਤੇ ਇਸੇ ਤਰ੍ਹਾਂ ਆਪਾਂ ਹਿਲਾ ਕੇ ਫਿਰ ਪਕਾਵਾਂਗੇ ਕਿਉਂਕਿ ਆਪਣੀ ਖੰਡ ਨੇ ਪਾਣੀ ਛੱਡ ਦੇਣਾ ਹੈਗਾ। ਇਸ ਦਾ ਪਾਣੀ ਬਿਲਕੁਲ ਸੁਕਾ ਲੈਣਾ ਆਪਾਂ। ਇਸੇ ਤਰ੍ਹਾਂ ਆਪਾਂ ਇਹਨੂੰ ਹਿਲਾਈ ਜਾਣਾ ਇਸਨੂੰ। ਇਸ ਦੇ ਵਿੱਚ ਆਪਾਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਹਾਂ, ਤੁਸੀਂ ਆਪਣੀ ਮਰਜ਼ੀ ਨਾਲ ਪਾ ਵੀ ਸਕਦੇ ਹਾਂ, ਨਹੀਂ ਪਾਉਣਾ ਚਾਹੁੰਦੇ ਤਾਂ ਨਾ ਵੀ ਪਾ ਸਕਦੇ। ਅਤੇ ਇੱਧਰ ਆਪਾਂ ਮਗਜ ਪਾਏ ਆ, ਅਤੇ ਕਾਜੂ ਅਤੇ ਬਦਾਮ ਪਾਵਾਂਗੇ। ਚੰਗੀ ਤਰ੍ਹਾਂ ਆਪਾਂ ਇਸ ਦਾ ਪਾਣੀ ਸੁਕਾ ਲੈਣਾ। ਅਤੇ ਆਪਾਂ ਪਾਈਆ ਖੋਆ ਲਿਆ ਹੈਗਾ, ਅਤੇ ਇਸਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਕੱਟ ਕੇ ਇਹਦੇ ਵਿੱਚ ਗਾਜਰਾਂ ਦੇ ਵਿੱਚ ਮਿਕਸ ਕਰਾਂਗੇ। ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਖੋਆ ਗਾਜਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਆਪਣਾ। ਇੱਧਰ ਆਪਾਂ ਪਲੇਟ ਦੇ ਵਿੱਚ ਕੱਢ ਕੇ ਇਸ ਨੂੰ ਸੈੱਟ ਕਰਾਂਗੇ।
ਇਸਨੂੰ ਆਪਾਂ ਸੈੱਟ ਕਰ ਲਿਆ ਅਤੇ ਇੱਧਰ ਆਪਾਂ ਛੋਟੇ ਛੋਟੇ ਪੀਸ ਕੱਟ ਕੇ ਕਾਜੂਆਂ ਦੇ ਉੱਤੇ ਆਪਾਂ ਉੱਪਰ ਲਾਵਾਂਗੇ। ਖੋਆ ਆਪਣਾ ਬਿਲਕੁਲ ਸੈੱਟ ਹੋ ਚੁੱਕਿਆ ਹੈਗਾ ਗਜਰੇਲਾ, ਅਤੇ ਹੁਣ ਇਸ 'ਤੇ ਆਪਾਂ ਪੀਸ ਕੱਟਾਂਗੇ। ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ। ਤੁਸੀਂ ਵੀ ਬਣਾਓ ਅਤੇ ਸਾਨੂੰ ਦੱਸੋ ਕਿੱਦਾਂ ਦਾ ਬਣਿਆ। ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ ਜੀ ਤੁਹਾਡਾ।